ਕਰ ਹੱਥ ਤੂੰ ਮੇਰੋ ਮਿਹਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੋ ਬਿਖਮ ਨਦੀ ਜਾਇ ਤਰਣੀ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਰੰਗ ਮਹੱਲਾ ਨਾਵਾਂ ਕਹਾ ਨਰ ਆਪਣੋ ਜਨਮ ਗਵਾਵੈ ਮਾਇਆ ਮਦ ਬਿਖਿਆ ਰਸ ਰਚਿਓ ਰਾਮ ਸਰਨ ਨਹੀਂ ਆਵੈ ਕਹਾਂ ਨਰ ਆਪਣੋ ਜਨਮ ਗਵਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਗੁਰਤਾ ਗੱਦੀ ਦੇ ਪਾਵਨ ਅਤੇ ਪਵਿੱਤਰ ਤਖ਼ਤ ਉੱਪਰ ਸੁਭਾਏਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਮੁਬਾਰਕ ਗੋਦ ਦੇ ਵਿੱਚ ਸੁਭਾਏਮਾਨ ਹੋਣ ਦਾ ਇਹ ਅਵਸਰ ਜਿਹੜਾ ਸਾਨੂੰ ਪ੍ਰਾਪਤ ਹੋ ਰਿਹਾ ਹੈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤੁਰਮਤ ਖੋਈ ਐਸੀ ਕਿਰਪਾ ਦੇ ਪਾਤਰ ਅਸੀਂ ਬਣ ਰਹੇ ਹਾਂ ਬੜੇ ਹੀ ਪਿਆਰ ਸਹਿਤ ਗੁਰਮੁਖ ਪਿਆਰਿਆਂ ਪਾਸੋਂ ਇਲਾਹੀ ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ ਨੇ ਜੋ ਸਾਧ ਸੰਗਤ ਜੀ ਲੜੀਵਾਰ ਗੁਰੂ ਕੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਨੇਤਾ ਪ੍ਰਤੀ ਦੇ ਨਿਯਮ ਅਨੁਸਾਰ ਆਪਾਂ ਸਰਵਣ ਕਰਦੇ ਹਾਂ ਆਓ ਮਨ ਬਿਰਤੀਆਂ ਦੀ ਇਕਾਗਰਤਾ ਸਹਿਤ ਗੁਰ ਸ਼ਬਦ ਦੀ ਵਿਚਾਰ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦਾਓ ਨਾ ਸਗਲੀ ਸ਼ਾਰ ਸਤਿਗੁਰਾਂ ਦੇ ਪਵਿੱਤਰ ਪਾਵਨ ਬਚਨਾਂ ਨੂੰ ਸਰਵਣ ਕਰੀਏ ਆਰੰਭਣ ਤੋਂ ਪਹਿਲਾਂ ਰਸਨਾ ਸਾਰੇ ਪਵਿੱਤਰ ਕਰੋ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀਓ
ਸਾਰੰਗ ਮਹੱਲਾ ਨਾਵਾਂ ਕਹਾ ਨਰ ਆਪਣੋ ਜਨਮ ਗਵਾਵੈ। ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਤਿਗੁਰੂ ਗਰੀਬ ਨਿਵਾਜ ਉਹਨਾਂ ਦੀ ਅੰਮ੍ਰਿਤਮਈ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ, ਸਾਧ ਸੰਗਤ ਜੀ, ਇਹ 1231 ਅੰਕ ਦੇ ਉੱਪਰ ਸ਼ਬਦ ਸੁਭਾਇਮਾਨ ਹੈ ਅਤੇ ਸਤਿਗੁਰੂ ਮਹਾਰਾਜ ਦਾ ਇਹ ਤੀਸਰਾ ਸ਼ਬਦ ਸਾਰੰਗ ਰਾਗ ਦਾ ਹੈ, ਜਿਸ ਅੰਦਰ ਜਿਵੇਂ ਪਹਿਲੇ ਸ਼ਬਦਾਂ ਦੇ ਵਿੱਚ ਵੀ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਕਿ ਹਰੀ ਦੇ ਭਜਨ ਤੋਂ ਬਿਨਾਂ ਸੰਸਾਰੀ ਮੋਹ ਦੇ ਵਿੱਚ ਤੂੰ ਗ੍ਰਸਿਆ ਹੋਇਆ ਹੈ, ਇਹ ਸੰਸਾਰ ਸਾਰਾ ਮਿਥਿਆ ਹੈ। ਜਿਸ ਤਰ੍ਹਾਂ ਆਕਾਸ਼ ਵਿੱਚ ਅਸੀਂ ਬੱਦਲ ਵੇਖਦੇ ਹਾਂ, ਉਹ ਸਦਾ ਰਹਿੰਦੇ ਨਹੀਂ, ਇਵੇਂ ਸੰਸਾਰ ਵੀ ਬੱਦਲ ਦੀ ਨਿਆਈ ਹੈ, ਬਾਰੂ ਕੀ ਭੀਤ ਹੈ, ਰੇਤ ਦੀ ਕੰਧ ਹੈ, ਸੁਪਨਾ ਹੈ, ਸੁਪਨੇ ਜਿਉਂ ਸੰਸਾਰ ਦੇ ਵੀ ਬਚਨ ਹਜ਼ੂਰ ਨੇ ਕੀਤੇ। ਮਨ ਨੂੰ ਸੰਬੋਧਿਤ ਕੀਤਾ ਹੈ, ਮਨ ਨੂੰ ਸਮਝਾਇਆ ਹੈ, ਅਤੇ ਇਸ ਸ਼ਬਦ ਵਿੱਚ ਵੀ ਸਾਨੂੰ ਇਹੀ ਪ੍ਰੇਰਣਾ ਮਹਾਰਾਜ ਦੇ ਰਹੇ ਨੇ। ਆਇਆ ਕਿਸ ਵਾਸਤੇ ਹੈ, ਮਨੁੱਖਾ ਦੇਹੀ ਕਿਸ ਵਾਸਤੇ ਤੈਨੂੰ ਪ੍ਰਾਪਤ ਹੋਈ ਹੈ, ਮਹਾਰਾਜ ਨੇ ਇਹ ਦਿੱਤੀ, ਇਹਦੀ ਵਿਸ਼ੇਸ਼ਤਾ ਹੈ ਕੋਈ, ਕਿਉਂਕਿ ਗੁਰਬਾਣੀ ਦੇ ਵਿੱਚ ਇਸ ਮਨੁੱਖਾ ਦੇਹੀ ਨੂੰ ਸਾਧ ਸੰਗਤ ਬੜਾ ਦੁਰਲੱਭ ਲਿਖਿਆ ਹੈ, ਬੜਾ ਦੁਰਲੱਭ। ਦੁਰਲੱਭ ਉਹ ਹੁੰਦਾ ਜਿਹੜਾ ਮਿਲੇ ਬੜਾ ਔਖਾ। ਇਹ ਗੱਲ ਵੱਖਰੀ ਹੈ ਕਿ ਸਾਨੂੰ ਇਹਦੀ ਸਮਝ ਹੈ ਜਾਂ ਨਹੀਂ ਹੈ, ਪਰ ਬੜਾ ਔਖਾ ਹੈ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਹ ਬਾਦਸ਼ਾਹੀ ਹੈ। 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹਾ, ਭਾਈ ਗੁਰਦਾਸ ਜੀ ਨੇ ਲਿਖਿਆ। ਇਹ ਬੜੀ ਔਖੀ ਮਿਲਦੀ ਹੈ, ਕਿਉਂਕਿ ਬਹੁਤ ਸਾਰੇ ਜਨਮ ਇਸ ਤੋਂ ਪਹਿਲਾਂ ਅਸੀਂ ਭੋਗ ਕੇ ਆਏ ਹਾਂ, ਇਹਦੇ 'ਤੇ ਕੋਈ ਸ਼ੰਕਾ ਨਹੀਂ। ਅੱਜ ਕੱਲ੍ਹ ਦਾ ਸ਼ੰਕਾਵਾਦੀ ਗਿਆਨੀ ਭਾਵੇਂ ਕਿ ਸ਼ੰਕਾ ਕਰਦਾ ਹੋਵੇ, ਕਹਿੰਦਾ ਹੋਵੇ ਵੀ ਜਨਮ ਮਰਨ ਤਾਂ ਹੁੰਦਾ ਹੀ ਨਹੀਂ ਹੈ, ਇਹ ਤਾਂ ਜੀ ਫਾਲਤੂ 'ਚ ਗੱਲਾਂ ਬਣਾਈਆਂ ਹੋਈਆਂ ਨੇ, ਸ਼ਾਇਦ ਗੁਰਬਾਣੀ ਨੂੰ ਉਹਨਾਂ ਚੰਗੀ ਤਰ੍ਹਾਂ ਵਾਚਿਆ ਨਾ ਹੋਵੇ। ਸਾਹਿਬ ਤਾਂ ਅੰਮ੍ਰਿਤ ਬਾਣੀ 'ਚ ਕਹਿੰਦੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਚਿਰੰਕਾਲ ਦਾ ਮਤਲਬ ਹੈ ਬਹੁਤ ਲੰਮਾ ਟਾਈਮ, ਲੰਮੇ ਟਾਈਮ ਤੋਂ ਬਾਅਦ ਇਹ ਤੈਨੂੰ ਮਨੁੱਖ ਦੇ ਮਿਲੀ ਹੈ। ਉਹ ਕਹਿੰਦੇ ਤਾਂ ਜਨਮ ਹੀ ਨਹੀਂ ਹੁੰਦਾ, ਅਤੇ ਜਨਮ ਨਹੀਂ ਹੁੰਦਾ ਤਾਂ ਫਿਰ ਇਹਦਾ ਅਰਥ ਕੀ ਬਣਿਆ? ਫਿਰ ਕਈ ਜਨਮ ਪਏ ਕੀਟ ਪਤੰਗਾ, ਮਹਾਰਾਜ ਕਹਿੰਦੇ ਕੀੜੇ ਬਣਿਆ, ਪਤੰਗੇ ਬਣਿਆ, ਹਾਥੀ ਬਣਿਆ, ਕੁੱਕਰ ਦੀ ਜੋਨ ਪ੍ਰਾਪਤ ਹੋਈ। 84 ਲੱਖ ਜੋਨ ਉਪਾਈ, ਇਹ ਜੂਨਾਂ ਬਣਾਈਆਂ ਨੇ ਪਰਮਾਤਮਾ ਨੇ, ਅਤੇ ਮਿਲ ਜਗਦੀਸ਼ ਮਿਲਣ ਕੀ ਬਰੀਆ। ਹੋਰ ਜਨਮ ਤਾਂ ਹੋਰ ਵੀ ਬਹੁਤ ਵਾਰੀ ਲਿਆ, ਲੇਕਿਨ ਉਦੋਂ ਨਹੀਂ ਆਖਿਆ ਵੀ ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਮਨੁੱਖਾ ਦੇਹ ਜਦੋਂ ਮਿਲੀ ਉਦੋਂ ਹੀ ਮਹਾਰਾਜ ਨੇ ਕਿਹਾ ਵੀ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ। ਬਹੁਤ ਚਿਰ ਬਾਅਦ ਤੈਨੂੰ ਇਹ ਦੇਹ ਪ੍ਰਾਪਤ ਹੋਈ, ਬਹੁਤ ਟਾਈਮ ਬਾਅਦ। ਇਸ ਲਈ ਜੇ ਸਮਾਂ ਤੂੰ ਖੁੰਝਾ ਦਿੱਤਾ ਨਾ, ਤੇ ਪੌੜੀ ਛੁਟਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਅਹਿਲਾ ਜਿਹੜਾ ਮਿਲਿਆ ਬੜਾ ਔਖਾ ਹੈ, ਕਬੀਰ ਜੀ ਨੂੰ ਪੁੱਛ ਲਈਏ। ਉਹ ਕਹਿੰਦੇ ਨੇ ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਹਿ ਬਾਰ,
ਜਿਉਂ ਬੰਨ ਫਲ ਪਾ ਕੇ ਭੋਏ ਗਿਰੇ ਬੋਹਰ ਨਾ ਲਾਗੈ ਡਾਰ। ਦ੍ਰਿਸ਼ਟਾਂਤ ਦੇ ਕੇ ਆਪ ਜੀ ਸਮਝਾਉਂਦੇ ਨੇ, ਕਹਿੰਦੇ ਜਿਸ ਤਰ੍ਹਾਂ ਕੋਈ ਫਲ ਹੈ ਪੱਕ ਜਾਂਦਾ ਹੈ, ਉਹ ਦਰਖਤ ਦੀ ਟਾਹਣੀ ਤੋਂ ਹੇਠਾਂ ਡਿੱਗ ਪੈਂਦਾ ਹੈ, ਅਤੇ ਯਤਨ ਕਰਕੇ ਵੀ ਕੋਈ ਚਾਹਵੇ ਵੀ ਮੈਂ ਇਹਨੂੰ ਦੁਬਾਰਾ ਟਾਹਣੀ ਦੇ ਨਾਲ ਜੋੜ ਦੇਵਾਂ ਤਾਂ ਸਾਧ ਸੰਗਤ 'ਤੇ ਹੁੰਦਾ ਨਹੀਂ। ਇਸ ਤਰ੍ਹਾਂ ਇੱਕ ਵਾਰੀ ਇਹ ਦੇਹ, ਮਨੁੱਖ ਦੇਹ ਜਿਹੜੀ ਮਿਲੀ ਹੈ ਹੱਥੋਂ ਨਿਕਲ ਗਈ ਨਾ, ਅਤੇ ਦੁਬਾਰਾ ਬੜਾ ਔਖਾ ਹੈ। ਗੁਰਮੁਖ ਮਹਾਂਪੁਰਖ ਦ੍ਰਿਸ਼ਟਾਂਤ ਦਿਆ ਕਰਦੇ ਸਨ, ਅਲੰਕਾਰ ਬਣਾਉਂਦੇ ਸੀ। ਉਹ ਕਹਿੰਦੇ ਇੱਕ ਮਨੁੱਖ ਜਿਹੜਾ ਹੱਥ ਤੋਂ ਟੁੰਡਾ ਹੈ, ਸਿਰ ਵਿੱਚ ਜਿਹਦੇ ਗੰਜ ਪਈ ਹੈ, ਉਹ ਇੱਕ ਸ਼ੀਸ਼ ਮਹੱਲ ਦੇ ਵਿੱਚ ਪ੍ਰਵੇਸ਼ ਹੁੰਦਾ ਹੈ, ਅੱਖਾਂ 'ਚੋਂ ਵੀ ਦਿਖਦਾ ਨਹੀਂ, ਨੇਤਰਾਂ ਤੋਂ ਹੀਣ ਹੈ, ਨੇਤਰਹੀਣ। ਅਤੇ ਗੁਰਮੁਖ 84 ਉਸ ਸ਼ੀਸ਼ ਮਹੱਲ ਦੇ ਦਰਵਾਜ਼ੇ ਨੇ, 84 ਦਰਵਾਜ਼ੇ, ਜਿਹਦੇ 'ਚ ਇੱਕ ਦਰਵਾਜ਼ਾ ਖੁੱਲ੍ਹਾ ਹੈ, ਬਾਕੀ ਦੇ ਦਰਵਾਜ਼ੇ ਬੰਦ ਨੇ। ਕਹਿੰਦੇ ਜੀ ਅੰਦਰ ਪ੍ਰਵੇਸ਼ ਕਰ ਗਿਆ ਮਨੁੱਖ, ਅੱਖਾਂ ਤੋਂ ਦਿਖਾਈ ਨਹੀਂ ਦਿੰਦਾ, ਹੱਥ ਤੋਂ ਟੁੰਡਾ ਹੈ, ਆਵਾਜ਼ ਲਗਾਉਂਦਾ ਹੈ ਮੈਨੂੰ ਕੋਈ ਇਸ ਮਹੱਲ 'ਚੋਂ ਬਾਹਰ ਕੱਢੋ, ਲੇਕਿਨ ਉਹਦੀ ਕੋਈ ਸਹਾਇਤਾ ਨਹੀਂ ਕਰਦਾ। ਕਿਸੇ ਆਵਾਜ਼ ਦਿੱਤੀ ਬਈ ਹੱਥ ਛੂਹ ਛੂਹ ਕੇ ਦਰਵਾਜ਼ਿਆਂ ਨੂੰ ਤੁਰ, ਜਿਹੜਾ ਖੁੱਲ੍ਹਾ ਹੋਵੇਗਾ ਬਾਹਰ ਨਿਕਲ ਜਾਏਗਾ, ਭਾਵੇਂ ਨੇਤਰਾਂ ਤੋਂ ਤੈਨੂੰ ਦਿਖਦਾ ਨਹੀਂ। ਹੁਣ ਸਾਧ ਸੰਗਤ ਇੱਦਾਂ ਹੀ ਕੀਤੀ, ਹੱਥ ਲਾ ਲਾ ਕੇ ਤੁਰਿਆ ਗਿਆ ਤੁਰਿਆ ਗਿਆ, ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ, ਚੌਥੇ, ਇਸ ਤਰ੍ਹਾਂ ਬਾਰੀ ਸਿਰ ਜਿਹੜੇ ਸਾਰੇ ਬੰਦ ਸੀ ਉਹਨੇ ਟੋ ਟੋ ਕੇ ਵੇਖਿਆ। ਹੁਣ 84ਵਾਂ ਬੂਹਾ ਜਿਹੜਾ ਖੁੱਲ੍ਹਾ ਸੀ, ਜਿਸ ਵੇਲੇ ਘੁੰਮਦਾ ਘੁੰਮਦਾ ਉੱਧਰ ਨੂੰ ਪਹੁੰਚਿਆ, ਉੱਥੇ ਮਖਿਆਲ ਲੱਗੀ ਸੀ, ਅਤੇ ਸਾਧ ਸੰਗਤ ਹੱਥ ਵੱਜਣ ਨਾਲ ਜਿਹੜੀ ਮੱਖੀ ਸੀ ਉਹ ਸਿਰ ਦੇ ਵਿੱਚ ਜਾ ਕੇ ਬਹਿ ਗਈ, ਉਹਨੇ ਖੁਰਕ ਕੀਤੀ ਸਿਰ ਨੂੰ, ਅਤੇ ਅਚਾਨਕ ਖੁਰਕ ਹੋਈ ਅਤੇ ਤੁਰਿਆ ਉੱਦਾਂ ਹੀ ਜਾਂਦਾ ਹੈ, ਲੇਕਿਨ ਹੱਥ ਜਿਹੜਾ ਜਿਹਦੇ ਨਾਲ ਪਰਖ ਕਰਨੀ ਸੀ ਵੀ ਜਿਹੜਾ ਖੁੱਲ੍ਹਾ ਦਰਵਾਜ਼ਾ ਹੈ, ਉਹ ਸਿਰ ਆਪਣੀ ਟਿੰਡ ਖੁਰਕਣ ਲੱਗ ਪਿਆ, ਉਹ ਦਰਵਾਜ਼ੇ ਤੋਂ ਅੱਗੇ ਲੰਘ ਗਿਆ, ਫਿਰ ਉਹ 84 ਵਾਲਾ ਗੇੜਾ ਦੁਬਾਰਾ ਬਣ ਗਿਆ। ਇੱਦਾਂ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ ਕਿ ਜਿਵੇਂ ਉਹ ਮਨੁੱਖ ਨੇਤਰਹੀਣ ਹੈ, ਇਹ ਬੰਦਾ ਵੀ ਵਿਵੇਕ ਅਤੇ ਵੈਰਾਗ ਦੀਆਂ ਅੱਖਾਂ ਤੋਂ ਹੀਣਾ ਹੈ, ਇਸੇ ਤਰ੍ਹਾਂ ਪ੍ਰੇਮ ਰੂਪੀ ਹੱਥ ਨਹੀਂ ਟੁੰਡਾ ਹੈ, ਟੁੰਡਾ ਮਨੁੱਖ ਅਤੇ ਸ਼ੁਭ ਗੁਣਾਂ ਤੋਂ ਬਗੈਰ ਹੈ, ਸਿਰ 'ਤੇ ਕੇਸ ਨਹੀਂ ਟਿੰਡ ਬਣੀ ਹੋਈ ਹੈ, ਸ਼ੁਭ ਗੁਣਾਂ ਤੋਂ ਰਹਿਤ, ਤੁਰਿਆ ਜਾਂਦਾ ਹੈ ਤੁਰਿਆ ਜਾਂਦਾ ਹੈ, ਚਾਹੁੰਦਾ ਹੈ ਕਿ ਮੈਂ ਇਸ ਚੱਕਰ 'ਚੋਂ ਬਾਹਰ ਨਿਕਲ ਜਾਵਾਂ, 84 ਲੱਖ ਤੋਂ ਬਾਹਰ ਨਿਕਲਾਂ, ਕੋਸ਼ਿਸ਼ ਤਾਂ ਕਰਦਾ ਹੈ, ਕਦੇ ਕਿਸੇ ਜੂਨ ਵਿੱਚ ਕਦੇ ਕਿਸੇ ਜੂਨ ਵਿੱਚ। ਜਦੋਂ ਮਨੁੱਖਾ ਦੇ ਮਿਲੀ ਉੱਥੇ ਮਖਿਆਲ ਸੀ, ਕਿਹੜੀ ਮਾਇਆ ਦੀ, ਉਹ ਮਾਇਆ ਰੂਪੀ ਮਖਿਆਲ ਨੇ ਇਹਦੇ ਹਿਰਦੇ ਰੂਪੀ ਟਿੰਡ ਦੇ ਉੱਤੇ ਜਾ ਕੇ ਖੁਰਕਿਆ, ਡੰਗ ਮਾਰਿਆ, ਉਸ ਮਾਇਆ ਦੇ ਅੰਦਰ ਐਸਾ ਗ੍ਰਸਤ ਹੋ ਗਿਆ ਕਿ ਉਹ ਜਨਮ ਸਾਰਾ ਇੱਦਾਂ ਹੀ ਬਤੀਤ ਕਰ ਦਿੱਤਾ, ਸਾਰੀ ਉਮਰ ਨਿਕਲ ਗਈ। ਜਿਸ ਦਰਵਾਜ਼ੇ ਤੋਂ ਬਾਹਰ ਨਿਕਲਣਾ ਸੀ ਬੰਦਗੀ ਕਰਕੇ, ਉਹ ਬੰਦਗੀ ਯਾਦ ਹੀ ਨਾ ਰਹੀ, ਫਿਰ 84 ਦੇ ਗੇੜਿਆਂ 'ਚ ਪੈ ਗਿਆ। ਸਤਿਗੁਰੂ ਮਹਾਰਾਜ ਸਾਨੂੰ ਇਸ ਮਨੁੱਖੀ ਦੇਹ ਦੀ ਕਦਰ ਦੱਸ ਰਹੇ ਨੇ ਵੀ ਬਹੁਤ ਔਖੀ ਮਿਲੀ ਹੈ ਤੈਨੂੰ, ਬਹੁਤ ਔਖੀ, ਹੋਰ ਜੂਨਾਂ ਨੇ ਬਹੁਤ ਸਾਰੀਆਂ ਨੇ, ਲੇਕਿਨ ਇਹੋ ਜਿਹਾ ਅਵਸਰ, ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘੱਟ ਪੀਤਰ ਤੂੰ ਦੇਖ ਵਿਚਾਰ, ਆਪਣੇ ਹਿਰਦੇ 'ਚ ਵਿਚਾਰ ਕੇ ਤਾਂ ਦੇਖ, ਇਹ ਅਵਸਰ ਹੈ, ਇਹ ਵਾਰੀ ਹੈ, ਇਹ ਦੁਬਾਰਾ ਦੁਬਾਰਾ ਨਹੀਂ ਮਿਲਣੀ, ਮਿਲੀ ਕਿੱਦਾਂ।
ਸਾਹਿਬ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਤਾਂ ਲਾਹਾ ਹੈ ਨਾ ਮਨੁੱਖ ਦੇ, ਇਹਦਾ ਹੋਰ ਕੀ ਲਾਹਾ ਹੈ ਕਿ ਬਹੁਤਾ ਦੁਨੀਆਂ ਦੇ ਵਿੱਚੋਂ ਖੱਟੀ ਕਰੇ, ਵੱਡਾ ਸਰਦਾਰ ਬਣ ਜਾਏ, ਅਤੇ ਇਹ ਲਾਹਾ ਹੈ? ਮਹਾਰਾਜ ਕਹਿੰਦੇ ਇਹ ਲਾਹਾ ਨਹੀਂ ਹੈ। ਮਾਨਸ ਜਨਮ ਕਾ ਇਹੀ ਲਾਹੋ, ਇਹ ਤੇਰੀ ਅਵਸਰ, ਇਹ ਤੇਰੀ ਵਾਰ, ਇਹ ਤੇਰਾ ਸਮਾਂ ਹੈ, ਤੈਨੂੰ ਮਹਾਰਾਜ ਨੇ ਦਿੱਤਾ। ਜੇ ਤੂੰ ਉਸ ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ, ਤੂੰ ਹਲੇ ਗੁਰੂ ਵਾਲਾ ਹੀ ਨਹੀਂ ਬਣਿਆ, ਗੁਰਮੰਤਰ ਨਹੀਂ ਲਿਆ, ਗੁਰੂ ਦੀ ਸੰਗਤ ਵਿੱਚ ਹੀ ਨਹੀਂ ਪਹੁੰਚ ਸਕਿਆ, ਅਤੇ ਮਹਾਰਾਜ ਕਹਿੰਦੇ ਫਿਰ ਤੇਰਾ ਜੀਵਨ ਵਿਅਰਥ ਹੈ। ਬਿਨ ਨਾਵੇਂ ਜੀਵਨ ਬਿਰਥਾ, ਬਿਰਥਾ ਹੈ। ਅਤੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਪੁੱਛੀਏ ਤਾਂ ਉਹ ਕਹਿੰਦੇ ਨੇ, ਉਸ ਮਨੁੱਖ ਦੀ ਦਸ਼ਾ ਦਰਸਾਉਂਦੇ ਨੇ, ਕਹਿੰਦੇ ਇਹਨਾਂ ਨਾਲੋਂ ਤਾਂ ਫਿਰ ਪਸ਼ੂ ਚੰਗੇ ਨੇ, ਪਸ਼ੂ ਚੰਗੇ ਨੇ, ਜਿਨ੍ਹਾਂ ਦੀਆਂ ਦੇਹਾਂ ਕੰਮ ਆ ਜਾਂਦੀਆਂ ਨੇ, ਮਨੁੱਖ ਦੀ ਤਾਂ ਦੇਹ ਵੀ ਕੰਮ ਨਹੀਂ ਆਉਂਦੀ। ਨਰੂ ਮਰੈ ਨਰ ਕਾਜ ਵਾਹਿਗੁਰੂ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਨਰੂ ਮਰੈ ਨਰ ਕਾਮ ਨਾ ਆਵੈ, ਇਹ ਤਾਂ ਕੰਮ ਹੀ ਨਹੀਂ ਆਉਂਦਾ, ਲੇਕਿਨ ਪਸ਼ੂ ਮਰ ਜਾਏ ਉਹਦੇ ਹੱਡ ਚੰਮ ਆ ਕਈ ਕੁਝ ਬਣ ਜਾਂਦਾ ਹੈ। ਆ ਜੋੜੀ ਜਿਹੜੀ ਇੱਥੇ ਵੱਜਦੀ ਹੈ ਇਹ ਪਸ਼ੂ ਤੋਂ ਹੀ ਬਣੀ ਹੈ ਨਾ, ਇਹ ਤਾਂ ਚੰਮ ਤੋਂ ਹੀ ਬਣੀ ਹੈ। ਹੱਡਾਂ ਤੋਂ ਕਈ ਚੀਜ਼ਾਂ ਬਣੀਆਂ ਨੇ ਪਸ਼ੂਆਂ ਦੇ, ਲੇਕਿਨ ਮਨੁੱਖ ਦੇ ਕਿਸੇ ਕੰਮ ਨਹੀਂ ਆਉਂਦੇ। ਅਤੇ ਗੁਰਬਾਣੀ 'ਚ ਮਹਾਰਾਜ ਨੇ ਪਸ਼ੂਆਂ ਨਾਲੋਂ ਭੈੜਾ ਦੱਸਿਆ, ਜੇ ਬੰਦਗੀ ਨਹੀਂ ਕਰਦਾ ਤਾਂ। ਪਸ਼ੂ ਚੰਗੇ ਨੇ, ਪਸ਼ੂ ਮਿਲੇ ਚੰਗਿਆਈਆਂ, ਖੜਖਾਵੈ ਅੰਮ੍ਰਿਤ ਦੇ, ਨਾਮ ਬਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਪਸ਼ੂ ਚੰਗੇ ਨੇ, ਘਾਹ ਬੂਸ ਖਾ ਕੇ ਅੰਮ੍ਰਿਤ ਦੇ ਸਮਾਨ ਦੁੱਧ ਦਿੰਦੇ ਨੇ ਸਾਨੂੰ ਛਕਣ ਵਾਸਤੇ, ਅਸੀਂ 36 ਪ੍ਰਕਾਰ ਦਾ ਭੋਜਨ ਛੱਕ ਕੇ ਬਿਸ਼ਟਾ ਬਣਾ ਦਿੰਦੇ ਹਾਂ, ਕਿਸੇ ਅਰਥ ਨਹੀਂ। ਜੇ ਬੰਦਗੀ ਕਰਦਾ ਹੈ ਤਾਂ ਖਾਧਾ ਪਹਿਨਦਾ ਸਭ ਕੁਛ ਸਫਲ ਹੈ, ਜੇ ਬੰਦਗੀ ਨਹੀਂ ਤਾਂ ਮਹਾਰਾਜ ਕਹਿੰਦੇ ਫਿਰ ਪਸ਼ੂਆਂ ਨਾਲੋਂ ਪੈਣਾ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਮੰਤਰ ਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਨਾ ਹੈ, ਕੂਕਰਹਿ ਹੈ, ਸੂਕਰਹਿ ਹੈ, ਗਰਦਵਹਿ ਹੈ, ਕਾਕਹਿ ਹੈ, ਸਰਪਨਹਿ ਹੈ, ਤੁਲ ਖਲੈ। ਖਲ ਹੁੰਦਾ ਮੂਰਖ, ਸਰਪ ਨਹਿ ਤੁਲ ਖਲੈ। ਸੰਪਰਦਾਇ ਮਹਾਂਪੁਰਖਾਂ ਨੇ ਦੋ ਇਹਦੇ ਦੋ ਅਰਥ ਕੀਤੇ ਨੇ। ਇੱਕ ਤਾਂ ਹੈ ਵੀ ਇਹੋ ਜਿਹਾ ਹੈ ਉਹ, ਸੱਪ ਵਰਗਾ ਹੈ, ਗਧੇ ਵਰਗਾ ਹੈ, ਕੂਕਰ ਵਰਗਾ ਹੈ, ਸ਼ੁਕਰ ਵਰਗਾ ਹੈ, ਸੂਰ ਵਰਗਾ ਹੈ। ਨਹਿ ਤੁਲਖਲ ਹੈ, ਸਰਪ ਨਹਿ ਤੁਲਖਲ ਹੈ, ਦੋ ਅਰਥ ਨੇ। ਇੱਕ ਇਹ ਹੈ ਕਿ ਇਹਨਾਂ ਤੋਂ ਵੀ ਮਾੜਾ ਹੈ, ਇਹਨਾਂ 'ਚ ਵੀ ਕੋਈ ਨਾ ਕੋਈ ਕੁਆਲਿਟੀ ਤਾਂ ਹੈ ਨਾ। ਕੁੱਤਾ ਕਿੱਡਾ ਵਫ਼ਾਦਾਰ ਹੈ, ਦ੍ਰਿਸ਼ਟਾਂਤ ਤਾਂ ਨਵੇਂ ਪਾਤਸ਼ਾਹ ਮਹਾਰਾਜ ਨੇ ਦਿੱਤਾ। ਹਜ਼ੂਰ ਵੀ ਕਹਿਣ ਲੱਗੇ ਸਵਾਮੀ ਕੋ ਗ੍ਰਿਹੁ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਦਿਸ਼ਟਾਂਤ ਦਿੱਤਾ ਹੈ, ਉਹਦੇ 'ਚ ਗੁਣ ਹੈ, ਖੋਤੇ 'ਚ ਵੀ ਗੁਣ ਹੈ, ਮਾਲਕ ਦਾ ਪਾਟ ਹੁੰਦਾ ਹੈ। ਸੱਪ ਦੇ 'ਚ ਗੁਣ ਹੈ, ਉਹਦਾ ਚੰਮ ਜਿਹੜਾ ਹੈ ਸਾਧ ਸੰਗਤ ਕਈ ਚੀਜ਼ਾਂ ਬਣ ਜਾਂਦੀਆਂ ਨੇ ਉਹਦੇ ਤੋਂ। ਕਾਂ 'ਚ ਵੀ ਗੁਣ ਹੈ ਕਿ ਕਾਂ ਕਦੇ ਸਪਰਸ਼ ਨਹੀਂ ਕਰਦਾ ਹੈ ਕਿਸੇ ਦੇ ਸਾਹਮਣੇ, ਇਹ ਗੁਣ ਹੈ ਉਹਦੇ 'ਚ। ਮਨੁੱਖ 'ਤੇ ਵਿਕਾਰ ਭੋਗੀ ਜਾਂਦਾ ਹੈ ਸ਼ਰੇਆਮ। ਇਸ ਲਈ ਜੇ ਗੁਰਮੰਤਰ ਤੋਂ ਹੀਣਾ ਹੈ ਨਾ, ਗੁਰਮੰਤਰ ਤੋਂ, ਗੁਰੂ ਦੀ ਮਤ ਨਹੀਂ ਲਈ ਹਲੇ, ਗੁਰੂ ਤੋਂ ਸ਼ਬਦ ਨਹੀਂ ਲਿਆ, ਹੀਣਾ ਹੈ, ਅਤੇ ਉਹ ਇਹਨਾਂ ਜੂਨਾਂ ਤੋਂ ਵੀ ਭੈੜਾ ਹੈ। ਇਸ ਲਈ ਸਾਹਿਬਾਂ ਨੇ ਗੁਰਬਾਣੀ ਵਿੱਚ ਵਾਰ ਵਾਰ ਸਾਨੂੰ ਇਸ ਗੱਲ ਲਈ ਪ੍ਰੇਰਿਆ, ਦੱਸਿਆ ਕਿ ਤੈਨੂੰ ਇੰਨੀ ਸੋਹਣੀ ਦੇਹੀ ਮਿਲੀ ਹੈ, ਕੰਚਨ ਵਰਗੀ ਤੈਨੂੰ ਦੇਹੀ ਪਰਮਾਤਮਾ ਨੇ ਦਿੱਤੀ, ਅਤੇ ਜੇ ਤੂੰ ਨਾਮ ਨਹੀਂ ਜਪਦਾ,
ਇਹਦਾ ਫਾਇਦਾ ਕੋਈ ਨਹੀਂ। ਫਿਰ ਉਲਾਮਾ ਜ਼ਰੂਰ ਹੈ, ਉਲਾਮਾ ਮਿਲੇਗਾ। ਅਤੇ ਸਾਧ ਸੰਗਤ, ਮਨੁੱਖ ਨੂੰ ਤਾਂ ਉਲਾਮਾ ਮਿਲਣਾ ਹੀ ਮਿਲਣਾ ਸੀ, ਪਰ ਗੁਰਬਾਣੀ ਨੇ ਤਾਂ ਉਸ ਜੀਵ ਨੂੰ ਜੰਮਣ ਵਾਲੀ ਮਾਂ ਨੂੰ ਵੀ ਉਲਾਮਾ ਦੇ ਦਿੱਤਾ, ਉਹਨੂੰ ਵੀ ਉਲਾਮਾ ਦੇ ਦਿੱਤਾ ਕਿ ਇਹੋ ਜਿਹਾ ਮਨੁੱਖ ਪੈਦਾ ਕੀਤਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿੰਨ ਮਾਤ ਕੀ ਜੈ ਹਰ ਬਾਂਝਾ, ਤਿੰਨ ਸੁੰਨੀ ਦੇ ਫਿਰੈ ਬਿਨ ਨਾਵੈ, ਓਏ ਖੱਪ ਖੱਪ ਮੂਹੇ ਕਰਾਂਝਾ। ਇਹ ਬਾਣੀ ਦੇ ਬੋਲ ਸੁਣਨੇ ਬੜੇ ਔਖੇ ਨੇ, ਕਿਉਂਕਿ ਇਹ ਤੀਰ ਨੇ, ਤੀਰ ਜਿੱਦਾਂ ਤੀਰ ਨਿਕਲਦਾ ਕਮਾਣ 'ਚੋਂ ਉਹ ਵੱਜਦਾ ਤਾਂ ਪੀੜਾ ਹੁੰਦੀ ਹੈ, ਇੱਦਾਂ ਸਾਧ ਸੰਗਤ ਜੀ ਗੁਰਬਾਣੀ ਦੇ ਜਿਹੜੇ ਇਹ ਤੀਰ ਨਿਕਲਦੇ ਹੈ ਮਹਾਰਾਜ ਦੇ ਜਿਹੜੇ ਸ਼ਬਦ ਨੇ। ਗੁਰੂ ਸੂਰਮਾ ਹੈ, ਲੇਕਿਨ ਕਿਤੇ ਸੱਚੀ ਭਾਵਨਾ ਦੇ ਨਾਲ ਇਹਨਾਂ ਤੀਰਾਂ ਨੂੰ ਝੱਲੇ ਨਾ ਤਾਂ ਸਾਧ ਸੰਗਤ ਜੀਵਨ ਸਫਲ ਵੀ ਹੋ ਜਾਂਦਾ ਹੈ। ਕਬੀਰ ਜੀ ਕਹਿੰਦੇ ਨਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਿਆ ਕਰੇ ਜੇ ਸ਼ੇਕ। ਗੁਰੂ ਸੂਰਮਾ ਹੈ, ਸੂਰਮਾ ਗੁਰੂ ਉਪਦੇਸ਼ ਰੂਪੀ ਤੀਰ ਜਦੋਂ ਛੱਡਦਾ ਹੈ ਹਿਰਦਾ ਛਲਣੀ ਹੋ ਜਾਂਦਾ ਹੈ। ਸ਼ਰਤ ਹੈ ਕਿ ਉਹ ਉਪਦੇਸ਼ ਕਿਤੇ ਟਿਕ ਜਾਵੇ ਹਿਰਦੇ 'ਚ ਅਤੇ ਜੀਵਨ ਸਫਲ ਹੈ। ਮਹਾਰਾਜ ਦਾ ਕਿਹਾ ਹੋਇਆ ਕਿਤੇ ਮਨ ਵਿੱਚ ਅਸਰ ਕਰ ਜਾਵੇ, ਇਹ ਨਹੀਂ ਇੱਕ ਕੰਨ ਤੋਂ ਸੁਣਿਆ ਅਤੇ ਦੂਜੇ ਥਾਣੀ ਬਾਹਰ ਖੜ ਦਿੱਤਾ ਤਾਂ ਫਿਰ ਕੋਈ ਫਾਇਦਾ ਨਹੀਂ। ਇਹ ਜਿੰਨਾ ਉਪਦੇਸ਼ ਹੈ ਹਿਰਦੇ 'ਚ ਟਿਕਾਉਣ ਵਾਸਤੇ 1430 ਅੰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਸਾਨੂੰ ਇੰਨਾ ਵੱਡਾ ਭੰਡਾਰਾ ਦਿੱਤਾ ਮਹਾਰਾਜ ਨੇ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਾਧੂ ਜਾਈ, ਵੀ ਖਾਓ ਇਹਨੂੰ, ਬੈਠੋ ਗੁਰੂ ਦੇ ਚਰਨਾਂ 'ਚ ਬੈਠ ਕੇ ਨਾ ਇਹਦੀ ਸਾਂਝ ਪਾਓ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਕਰਨਾ ਤਾਂ ਇਹ ਸੀ, ਲੇਕਿਨ ਸਾਡੀ ਬਦਕਿਸਮਤੀ ਹੈ ਅਸੀਂ ਇਹ ਸਭ ਕੁਝ ਛੱਡ ਕੇ ਹੋਰ ਪਾਸੇ ਨੂੰ ਤੁਰ ਪਏ। ਅੱਜ ਬਹੁਤਾਤ ਦੇ ਵਿੱਚ ਗੁਰਬਾਣੀ ਦੀ ਗੱਲ ਹੀ ਨਹੀਂ ਹੁੰਦੀ ਹੈ, ਇੱਥੇ ਬਸ ਤਰਕ ਕੁਤਰਕ। ਸਾਡੇ ਵਿਦਵਾਨ ਬਥੇਰੇ ਹੋ ਗਏ ਹੁਣ, ਜ਼ਿਆਦਾ ਵਿੱਦਿਆ ਬਹੁਤੀ ਪੜ੍ਹ ਲਈ, ਚੁੰਚ ਗਿਆਨੀ ਉਹ ਤਰਕ ਕਰਨ 'ਤੇ ਹੀ ਲੱਗੇ ਹੋਏ, ਆਪਦਾ ਸਾਰਾ ਸਮਾਂ ਇਹਦੇ 'ਤੇ ਹੀ ਲੱਗੇ ਹੋਏ ਨੇ। ਕਦੇ ਗੁਰਬਾਣੀ ਦੇ ਉੱਤੇ ਤਰਕ, ਕਦੇ ਇਤਿਹਾਸ ਦੇ ਉੱਤੇ ਤਰਕ, ਕਦੇ ਸਰੋਵਰ ਦੇ ਉੱਤੇ ਤਰਕ, ਕਦੇ ਗੁਰੂ ਸਾਹਿਬ ਦੇ ਕੀਤੇ ਕੌਤਕਾਂ ਦੇ ਉੱਤੇ ਤਰਕ। ਤਰਕ ਕੁਤਰਕ ਕਰਦਿਆਂ ਹੀ ਸਾਰਾ ਜੀਵਨ ਬਿਰਥਾ ਜਾ ਰਿਹਾ ਹੈ, ਔਰ ਜਿਹੜੇ ਸੁਣਨ ਵਾਲੇ ਨੇ ਉਹ ਵੀ ਸੁਣ ਰਹੇ ਹੈ। ਸੁਣਨਾ ਤਾਂ ਸੀਗਾ ਬਾਣੀ, ਸੁਣਨਾ ਸੀ ਗੁਰੂ ਦਾ ਉਪਦੇਸ਼ ਜੋ ਸਤਿਗੁਰੂ ਨੇ ਸਾਨੂੰ ਦਿੱਤਾ। ਵਾਰ ਵਾਰ ਇਹ ਚੋਟ ਮਾਰ ਕੇ ਸਾਨੂੰ ਪ੍ਰੇਰਿਆ ਕਿ ਗੁਰਮੁਖਾ ਬਾਕੀ ਦੀਆਂ ਗੱਲਾਂ ਛੱਡ, ਜੇ ਆਇਆ ਨਾ ਕਿਤੇ ਸਮਾਂ ਕੱਢ ਕੇ, ਕਿਉਂਕਿ ਬੜਾ ਔਖਾ ਹੈ ਸਮਾਂ ਕੱਢ ਕੇ ਆਉਣਾ ਇੱਥੇ, ਬੜਾ ਔਖਾ ਹੈ। ਹੋਰ ਸਾਰੇ ਕੰਮ ਬੜੇ ਸੌਖੇ ਨੇ, ਲੇਕਿਨ ਇੱਥੇ ਜਿਹੜਾ ਤੁਸੀਂ ਸਮਾਂ ਕੱਢ ਕੇ ਆਇਆ ਨਾ, ਬਹੁਤ ਔਖਾ ਹੈ। ਐਵੇਂ ਤਾਂ ਨਾ ਕਬੀਰ ਜੀ ਨੇ ਕਿਹਾ ਨਾ, ਇੱਕ ਘੜੀ ਤਾਂ ਕਿੰਨੀ ਹੁੰਦੀ ਹੈ, 24 ਮਿੰਟਾਂ ਦੀ ਹੁੰਦੀ ਹੈ, 24 ਮਿੰਟ ਤਾਂ ਕੁਝ ਵੀ ਨਹੀਂ ਹੁੰਦੇ ਨਾ, ਇੱਕ ਘੜੀ। ਪਰ ਉਹਨਾਂ ਨੇ ਸਮੇਂ ਦੇ ਹਾਲਾਤ ਵੇਖੇ ਵੀ ਇਹ ਤਾਂ ਕਲਯੁਗੀ ਜੀਵ ਵਾਸਤੇ ਵੀ ਬੜਾ ਔਖਾ ਹੈ। ਉਹਨਾਂ ਆਖਿਆ ਚੱਲ ਛੱਡ ਮਿੱਤਰਾ, ਅੱਧੀ ਘੜੀ ਕੱਢ ਲਾ, ਇਹ ਘੜੀ ਆਧੀ ਘੜੀ ਆਧੀ ਉੱਤੇ ਆਧ ਕੁਝ ਤਾਂ ਸਮਾਂ ਬਹਿ ਜਾ। ਭਗਤਨ ਸੇਤੀ ਗੋਸ਼ਟੇ, ਇਹ ਤਾਂ ਗੋਸ਼ਟ ਕਰਨੀ ਸੀ, ਅਸੀਂ ਵਿੱਚ ਹੋਰ ਚਰਚਾ 'ਚ ਲੱਗ ਗਏ, ਕਰਨੀ ਗੋਸ਼ਟ ਸੀ ਬਾਣੀ ਦੀ ਗੋਸ਼ਟ। ਜੋ ਕਿੰਨੇ ਸੇ ਲਾਭ, ਉਹ ਤਾਂ ਲਾਭ ਹੀ ਲਾਭ ਹੈ, ਨੁਕਸਾਨ ਨਹੀਂ ਕਦੇ ਹੁੰਦਾ ਇੱਥੇ ਬਹਿਣ ਦਾ, ਕਿ ਨੁਕਸਾਨ ਵੀ ਹੋਇਆ ਕਿਸੇ ਨੂੰ ਕੋਈ ਕਵੇ ਮੈਨੂੰ ਨੁਕਸਾਨ, ਹਾਂ ਨੁਕਸਾਨ ਉਦੋਂ ਹੋਏਗਾ, ਉਦੋਂ ਫਿਰ ਝਗੜੇ ਵੀ ਹੋਣਗੇ, ਪੱਗਾਂ ਵੀ ਲੱਥਣਗੀਆਂ, ਇੱਕ ਦੂਜੇ ਦੇ ਬੈਰੀ ਵੀ ਬਣ ਜਾਵਾਂਗੇ, ਜਦੋਂ ਅਸੀਂ ਗੱਲ ਸ਼ਬਦ ਦੀ ਨਹੀਂ ਕਰਦੇ, ਹੋਰ ਹੋਰ ਪਾਸੇ ਨੂੰ ਤੁਰੇ ਫਿਰਦੇ ਰਹਿੰਦੇ, ਹੋਰ ਹੋਰ ਗੱਲਾਂ ਕਰੀ ਜਾਂਦੇ, ਆਪਦੀ ਹਉਮੈ ਨੂੰ ਹੀ ਚੱਕੀ ਫਿਰਦੇ ਮੋਢਿਆਂ 'ਤੇ, ਫਿਰ ਜ਼ਰੂਰ ਹੋਏਗਾ। ਜਦੋਂ ਗੱਲ ਅਸੀਂ ਗੁਰਬਾਣੀ ਦੀ ਕਰਾਂਗੇ, ਗੁਰਸ਼ਬਦ ਦੀ ਕਰਾਂਗੇ, ਗੁਰੂ ਦੇ ਹੁਕਮਾਂ ਦੀ ਕਰਾਂਗੇ,
ਗੁਰੂ ਨੇ ਸਾਨੂੰ ਕਿਹਾ ਕੀ ਹੈ, ਕਰਨਾ ਕੀ ਹੈ, ਅਸੀਂ ਕੀ ਕਰ ਰਹੇ ਹਾਂ, ਇਹ ਗੱਲ ਦੀ ਵਿਚਾਰ ਹੈ। ਗੋਸ਼ਟ ਇਹ ਹੈ, ਅਸਲ 'ਚ ਗੋਸ਼ਟ ਇਹ ਹੈ, ਅਤੇ ਅਸੀਂ ਆਏ ਹੀ ਇਹ ਗੋਸ਼ਟ ਕਰਨ ਵਾਸਤੇ ਹਾਂ। ਅਤੇ ਮਹਾਰਾਜ ਨੂੰ ਪੁੱਛ ਪੁੱਛ ਕੇ ਗੋਸ਼ਟ ਕਰਨੀ, ਇਹ ਨਹੀਂ ਕਿ ਮੈਂ ਆਪਣੀ ਮਤ ਦੇਈ ਜਾਵਾਂ। ਗੁਰੂ ਸਾਹਿਬ ਨੂੰ ਪੁੱਛ ਪੁੱਛ ਕੇ ਗੱਲ ਕਰਨੀ ਹੈ। ਅਤੇ ਆਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹੜੇ ਸਾਡੇ ਕਲਿਆਣ ਵਾਸਤੇ ਉਪਦੇਸ਼ ਦਿੰਦੇ ਨੇ, ਉਹਨੂੰ ਪੁੱਛ ਪੁੱਛ ਕੇ ਚੱਲੀਏ ਆਪਾਂ ਵੀ। ਮਹਾਰਾਜ ਕਹਿੰਦੇ ਕਹਾਂ ਨਰ ਆਪਣੋ ਜਨਮ ਗਵਾਵੈ, ਕਿੱਥੇ ਇਹ ਬੰਦਿਆ ਤੂੰ ਆਪਦਾ ਜਨਮ ਜਿਹੜਾ ਹੈ ਐਵੇਂ ਗਵਾਈ ਜਾਂਦਾ, ਵਿਅਰਥ ਗਵਾਈ ਜਾਂਦਾ। ਕਿਵੇਂ ਮਹਾਰਾਜ ਵਿਅਰਥ ਜਾ ਰਿਹਾ ਹੈ? ਮਹਾਰਾਜ ਕਹਿੰਦੇ ਮਾਇਆ ਮਦ ਵਿਖਿਆ ਰਸ ਰਚਿਓ ਰਾਮ ਸਰਨ ਨਹੀਂ ਆਵੈ। ਠੀਕ ਹੈ, ਕੰਮ ਧੰਦੇ ਵੀ ਕਰਨੇ, ਸਭ ਇਹਦੂ ਬਿਨਾਂ ਸਰਨਾ ਵੀ ਨਹੀਂ ਹੈ। ਉਹ ਸੰਸਾਰ ਹੈ ਨਾ, ਇਹਦੇ 'ਚ ਹਰ ਚੀਜ਼ ਦੀ ਲੋੜ ਹੈ, ਲੋੜ ਦੀ ਪੂਰਤੀ ਵਾਸਤੇ ਕਿਰਤ ਕਰਨੀ ਹੈ, ਅਤੇ ਗੁਰੂ ਨੇ ਹੁਕਮ ਵੀ ਕੀਤਾ ਹੈ ਸਾਨੂੰ। ਲੇਕਿਨ ਧਰਮ ਦੀ ਕਿਰਤ ਵਿਰਤ ਕਰ, ਧਰਮ ਦੀ ਹੱਥੋਂ ਦੇ ਕੇ ਭਲਾ ਮਨਾ, ਇਹ ਨਹੀਂ ਠੱਗੀ ਠੋਰੀ ਕਰਕੇ। ਦਸਾਂ ਨੌਹਾਂ ਦੀ ਕਿਰਤ ਵੀ ਕਰਨੀ ਹੈ, ਉਹਦੇ 'ਚੋਂ ਫਿਰ ਥੋੜ੍ਹਾ ਜਿਹਾ ਸਮਾਂ ਜ਼ਰੂਰ ਕੱਢਣਾ, ਥੋੜ੍ਹਾ, ਜ਼ਿਆਦਾ ਨਹੀਂ ਨਿਕਲਦਾ, ਰੁਝੇਵੇਂ ਬਹੁਤ ਨੇ, ਪਰ ਥੋੜ੍ਹਾ ਜਿਹਾ ਤਾਂ ਜ਼ਰੂਰ ਕੱਢਣਾ ਹੈ। ਮਹਾਰਾਜ ਕਹਿੰਦੇ ਪਰ ਉਹ ਵੀ ਨਹੀਂ ਕੱਢਦਾ ਤੂੰ, ਇਸ ਲਈ ਮਾਇਆ ਮਦ ਵਿਖਿਆ ਰਸ ਰਚਿਓ, ਮਾਇਆ ਦੇ ਮਦ ਨਸ਼ੇ ਵਿੱਚ, ਵਿਸ਼ਿਆਂ ਦੇ ਰਸਿਆਂ ਵਿੱਚ ਰਚਿਆ ਹੋਇਆ ਹੈ। ਰਾਮ ਸਰਨ ਨਹੀਂ ਆਵੇ, ਰਾਮ ਦੀ ਸਰਨ 'ਚ ਹੀ ਨਹੀਂ ਆਉਂਦਾ, ਆਉਂਦਾ ਹੀ ਨਹੀਂ ਕਦੇ ਵੀ, ਕਦੇ ਮਹਾਰਾਜ ਅੱਗੇ ਆ ਕੇ ਅਰਦਾਸ ਹੀ ਨਹੀਂ ਕਰਦਾ, ਕਦੇ ਬੇਨਤੀ ਨਹੀਂ ਕਰਦਾ, ਮਹਾਰਾਜ ਮੈਂ ਤਾਂ ਸਾਰੇ ਦੁਆਰੇ ਛੱਡਤੇ ਨੇ। ਜਦੋਂ ਵੀ ਆਓ ਮਹਾਰਾਜ ਦੇ ਅੱਗੇ ਅਰਦਾਸ ਕਰੋ, ਸੱਚੇ ਪਾਤਸ਼ਾਹ ਤੁਸੀਂ ਉਹ ਕਿਰਪਾ ਕੀਤੀ, ਮੇਰੇ ਕਿੱਥੇ ਕਰਮ ਸੀ ਵੀ ਮੈਂ ਚੱਲ ਕੇ ਆਉਂਦਾ। ਇਹ ਮਨੁੱਖ ਦੇਹੀ ਦੀ ਸਫਲਤਾ ਹੋਣੀ ਇੱਦਾਂ ਹੈ, ਭੱਟ ਜਿਹਨਾਂ ਨੂੰ ਪੁੱਛੀਏ, ਉਹ ਤਾਂ ਇੱਕ ਇੱਕ ਅੰਗ ਦੀ ਵੀ ਗੱਲ ਕਰਦੇ ਆ, ਸਰੀਰ ਦੇ ਜਿਹੜੇ ਇੱਕ ਇੱਕ ਅੰਗ ਨੇ ਨਾ, ਕਿੱਦਾਂ ਸਫਲ ਹੋ ਸਕਦੇ ਨੇ। ਉਹ ਕਹਿੰਦੇ ਨੇ ਚਰਨ ਤਾਂ ਪਰਸਕਿਆਥ ਚਰਨ ਗੁਰ ਅਮਰ ਪਵਲਰ, ਹੱਥ ਤਾਂ ਪਰਸਕਿਆਥ ਹੱਥ ਲੱਗੈ ਗੁਰ ਅਮਰ ਪੈ, ਜੀ ਤਾਂ ਪਰਸਕਿਆਥ ਜੀ ਗੁਰ ਅਮਰ ਭਣੀਜੈ, ਨੈਣ ਤਾਂ ਪਰਸਕਿਆਥ ਨੈਣ ਗੁਰ ਅਮਰ ਪਖੀਜੈ, ਸ੍ਰਵਣ ਤਾਂ ਪਰਸਕਿਆਥ ਸ੍ਰਵਣ ਗੁਰ ਅਮਰ ਸੁਣੀਜੈ, ਸਕਿਆਥ ਸੋ ਹੀ ਜਿਤ ਹੀ ਵਸੈ ਗੁਰ ਅਮਰਦਾਸ ਨੇ ਜਗਤ ਪਿਤ, ਸਕਿਆਥ ਸੋ ਸਿਰ ਜਾਲ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਸਾਰੀ ਗੱਲ ਕਰ ਦਿੱਤੀ, ਸਾਰੇ ਸਰੀਰ ਦੀ ਗੱਲ ਕਰਤੀ, ਉਹਨਾਂ ਪੈਰਾਂ ਦੀ, ਹੱਥਾਂ ਦੀ, ਮੱਥੇ ਦੀ, ਹਿਰਦੇ ਦੀ, ਜ਼ੁਬਾਨ ਦੀ, ਕੰਨਾਂ ਦੀ, ਸਿਰ ਦੀ। ਅਸੀਂ ਆਮ ਤੌਰ 'ਤੇ ਜਦੋਂ ਮਹਾਰਾਜ ਮੱਥਾ ਟੇਕਦੇ ਹੈ, ਮੱਥਾ ਨਹੀਂ ਥੱਲੇ ਲਾਉਂਦੇ, ਕੋਸ਼ਿਸ਼ ਕਰਿਆ ਕਰੋ ਭਾਵਨਾ ਬਣਾ ਕੇ ਮਹਾਰਾਜ ਚਰਨਾਂ 'ਤੇ ਮੱਥਾ ਰੱਖਿਆ ਹੋਇਆ, ਮੱਥਾ ਥੱਲੇ ਲੱਗਣਾ ਚਾਹੀਦਾ ਹੈ। ਕਿਉਂਕਿ ਹੱਥ ਮੱਥਾ ਹੀ ਤਾਂ ਸਫਲਾ ਹੈ ਜੇ ਮਹਾਰਾਜ ਦੇ ਚਰਨਾਂ 'ਚ ਲੱਗੇ, ਹੱਥ ਤਾਂ ਸਫਲੇ ਨੇ ਗੁਰੂ ਦੇ ਚਰਨਾਂ ਨਾਲ ਛੂਹ ਜਾਣ, ਪੈਰ ਉਹ ਸਫਲੇ ਨੇ ਜਿਹੜੇ ਚੱਲ ਕੇ ਸਤਸੰਗਤ ਵੱਲ ਨੂੰ ਆਉਣ, ਗੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ, ਇੱਥੇ ਆ ਕੇ ਜੁੜ ਜਾਂਦੇ ਨੇ, ਮੈਂ ਕੁਰਬਾਨ ਜਾਂਦਾ ਉਹਨਾਂ ਗੁਰਸਿੱਖਾਂ ਪਿਆਰਿਆਂ ਤੋਂ। ਇਸ ਤਰ੍ਹਾਂ ਲਿਖਦੇ ਨੇ ਭਾਈ ਗੁਰਦਾਸ ਜੀ ਵੀ, ਕੁਰਬਾਨ ਹੈ ਉਹਨਾਂ ਗੁਰਸਿੱਖਾਂ ਤੋਂ। ਅਤੇ ਸਤਿਗੁਰੂ ਕਹਿੰਦੇ ਰਾਮ ਸਰਨ ਨਹੀਂ ਆਵੇ, ਪਰ ਤੇਰੀ ਪਤਾ ਨਹੀਂ ਕਿਉਂ ਬਦਕਿਸਮਤੀ ਬਣ ਗਈ, ਤੂੰ ਰਾਮ ਸਰਨ 'ਚ ਆਉਂਦਾ ਹੀ ਨਹੀਂ ਕਦੇ ਵੀ। ਠੀਕ ਹੈ, ਤੈਨੂੰ ਸਮਾਂ ਦਿੱਤਾ ਸੀ ਵੀ ਤੂੰ ਕੰਮ ਕਾਰ ਵੀ ਕਰ, ਸਾਰਾ ਕੁਛ ਕਰ, ਥੋੜ੍ਹਾ ਜਿਹਾ ਸਮਾਂ ਜ਼ਰੂਰ ਕੱਢ, ਸਰਨ ਵਿੱਚ ਆਇਆ ਕਰ ਗੁਰੂ ਦੀ। ਹੋਰ ਦੀ ਸ਼ਰਨ 'ਚ ਪਿਆ ਹੋਇਆ, ਕਦੇ ਕਿਤੇ ਜਾਂਦਾ, ਕਦੇ ਕਿਤੇ, ਕਦੇ ਹੰਨੇ ਦੀ, ਕਦੇ ਬੰਨੇ ਦੀ, ਕਦੇ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਇਹ ਬਣੀ ਹੋਈ ਹੈ ਗੱਲ, ਕਹਾਣੀ ਇੱਦਾਂ ਦੀ ਹੈ। ਇੱਥੇ ਤਾਂ ਆ ਕੇ ਅਰਦਾਸ ਕਰਿਆ ਕਰ ਮਹਾਰਾਜ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ। ਹੋਰ ਦਾਰੀ ਕੋਈ ਹੈ ਨਹੀਂ ਮਹਾਰਾਜ ਤੁਹਾਡੇ ਵਰਗਾ, ਤੁਦਨੋ ਛੋੜ ਜਾਈਏ ਪ੍ਰਭ ਕਹਿ ਤਰ ਆਨ ਨਾ ਬੀਆ ਤੇਰੀ ਸੰਸਾਰ। ਇਹ ਅਰਦਾਸ ਕਰਨੀ ਹੈ, ਇਹ ਬੇਨਤੀ ਕਰਨੀ ਹੈ। ਰਹਾਓ ਇਹੋ ਸੰਸਾਰ ਸਗਲ ਹੈ ਸੁਪਨੋ, ਦੇਖ ਕਹਾਂ ਲੋ ਭਾਵ ਹੈ। ਵਿਸ਼ਰਾਮ ਦਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਕਹਿੰਦੇ ਇਹ ਸੰਸਾਰ ਜਿਹੜਾ ਸਾਰਾ ਹੈ ਨਾ, ਇਹ ਸੁਪਨਾ ਹੈ। ਜਿੱਦਾਂ ਸੁੱਤੇ ਪਏ ਬੰਦੇ ਨੂੰ ਨੀਂਦ ਆ ਜਾਂਦੀ ਹੈ,
ਅਤੇ ਸੁਪਨਾ ਆ ਜਾਂਦਾ ਹੈ। ਉਹ ਸੁਪਨੇ 'ਚ ਕਈ ਤਰ੍ਹਾਂ ਦੀਆਂ ਸੀਨ ਜਿਹੜੇ ਦਿਖਾਈ ਪੈਂਦੇ ਨੇ, ਕਦੇ ਰਾਜਾ ਬਣ ਜਾਂਦਾ ਹੈ, ਕਦੇ ਭਿਖਾਰੀ ਬਣ ਜਾਂਦਾ ਹੈ, ਕਦੇ ਸੂਰਬੀਰ ਬਣ ਜਾਂਦਾ ਹੈ, ਕਦੇ ਨਿਡਰ ਹੋ ਕੇ ਲੜਾਈ ਕਰਦਾ, ਜੰਗ ਕਰਦਾ। ਬਹੁਤ ਸਾਰੀਆਂ ਚੀਜ਼ਾਂ ਦਿਖਾਈ ਦਿੰਦੀਆਂ ਸੁਪਨੇ 'ਚ, ਪਰ ਉਹ ਹੁੰਦੀਆਂ ਤਾਂ ਝੂਠੀਆਂ ਹੀ ਹੈ ਨਾ। ਬੜੇ ਕਲੋਲ ਦੇਖਦਾ ਸੁਪਨੇ 'ਚ, ਝੂਠੇ ਨੇ। ਲੇਕਿਨ ਮਹਾਰਾਜ ਕਹਿੰਦੇ ਇਸ ਤਰ੍ਹਾਂ ਇਹ ਸੰਸਾਰ ਵੀ ਸੁਪਨਾ, ਦੇਖ ਕਹਾਂ ਲੁਭਾਵ ਹੈ। ਇਹਨੂੰ ਦੇਖ ਕੇ ਕਿਉਂ ਲੁਭਾਏਮਾਨ ਹੋ ਗਿਆ, ਕਿਉਂ ਖਚਤ ਹੋ ਗਿਆ ਉਹਦੇ 'ਚ, ਇਹਨੂੰ ਸੱਚ ਮੰਨੀ ਬੈਠਾ ਹੈ, ਸੁਪਨੇ ਹੀ ਸੱਚੇ ਬਣਾਈ ਫਿਰਦਾ ਹੈ। ਸ਼ੇਖ ਚਿੱਲੀ ਵਾਂਗੂ ਉਹ ਜਿੱਦਾਂ ਕਈ ਤਰ੍ਹਾਂ ਦੇ ਸੁਪਨੇ ਬਣਾ ਕੇ ਬਹਿ ਗਿਆ ਸੀ। ਸੋਚਣ ਦੇ ਉੱਤੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ, ਸੁਤੰਤਰ ਹੈ, ਹਰ ਬੰਦਾ ਸੋਚ ਸਕਦਾ ਹੈ। ਉਹ ਸੋਚਦਾ ਸੀ, ਇੱਕ ਵਪਾਰੀ ਆਵਾਜ਼ ਲਗਾ ਰਿਹਾ ਸੀ, ਸਾਖੀ ਲੰਬੀ ਮੈਂ ਸੰਖੇਪ ਜੀ ਅਰਜ਼ ਕਰ ਦੇਵਾਂ, ਕਬਰ ਵਿੱਚ ਪਿਆ ਸੀ ਅਤੇ ਸਾਧ ਸੰਗਤ ਉਹਨੂੰ ਬਾਹਰ ਕੱਢਿਆ, ਪੀਪਾ ਤੇਲ ਦਾ ਸੀ। ਵਪਾਰੀ ਨੇ ਕਿਹਾ ਵੀ ਜੇ ਚੱਕ ਕੇ ਮੇਰੇ ਘਰ ਤੱਕ ਪਹੁੰਚਾ ਦੇਵੇ ਤਾਂ ਦੋ ਆਨੇ ਦਿਆਂਗਾ। ਉਹਨੂੰ ਕਿਹਾ ਠੀਕ ਹੈ, ਦੋ ਆਨੇ ਮਿਲ ਜਾਣਗੇ। ਚੱਕ ਲਿਆ ਪੀਪਾ ਨਾਲ, ਤੁਰ ਪਿਆ ਵਪਾਰੀ ਦੇ। ਹੁਣ ਤੁਰਿਆ ਜਾਂਦਾ, ਦੇਖੋ ਕਿਹੋ ਜਿਹੀਆਂ ਸੰਕਲਪ ਨਹੀਂ ਬੰਦੇ ਦੇ ਹਟਦੇ ਹੈ। ਕਹਿੰਦਾ ਵੀ ਦੋ ਆਨੇ ਮਿਲੇ ਨੇ, ਇਹ ਜਾ ਕੇ ਮੈਂ ਚੂਚਾ ਖਰੀਦ ਲੈਣਾ ਹੈ ਕੁੱਕੜੀ ਦਾ। ਉਦੋਂ ਫਿਰ ਬਹੁਤ ਸਾਰੇ, ਇੱਕ ਤੋਂ ਦੋ ਹੋਣਗੇ, ਦੋ ਤੋਂ ਚਾਰ ਹੋਣਗੇ, ਦਸ ਹੋ ਜਾਣਗੇ। ਉਹ ਵੇਚ ਕੇ ਮੈਂ ਬੱਕਰੀ ਲੈ ਲਵਾਂਗਾ, ਫਿਰ ਉਹ ਵੀ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਣਗੀਆਂ। ਫਿਰ ਮੈਂ ਮੱਝ ਲੈ ਲਵਾਂਗਾ, ਫਿਰ ਬਹੁਤ ਹੋਣਗੀਆਂ, ਮੇਰਾ ਕਾਰੋਬਾਰ ਬਹੁਤ ਵੱਡਾ ਹੋ ਜਾਏਗਾ। ਸੁਪਨਾ ਸੋਚਦਾ ਸੋਚਦਾ ਕਹਿੰਦਾ ਫਿਰ ਮੈਂ ਆਪਣੇ ਪਰਿਵਾਰ ਦੇ ਵਿੱਚ ਸਰਦਾਰ ਬਣ ਕੇ ਬਵਾਂਗਾ ਅਤੇ ਵੱਡਾ ਪਲੰਘ ਹੋਵੇਗਾ ਅਤੇ ਮੈਂ ਉੱਤੇ ਬੈਠਾ ਹੋਵਾਂਗਾ ਅਤੇ ਮੇਰੇ ਬੱਚੇ ਅਤੇ ਮੇਰੀਆਂ ਨੂੰਹਾਂ ਅਤੇ ਮੈਨੂੰ ਆ ਕੇ ਪੁੱਛਣਗੀਆਂ, ਬਾਪੂ ਪ੍ਰਸ਼ਾਦਾ ਛਕ ਲਾ, ਕੋਈ ਆ ਕੇ ਆਖੇ ਬਾਪੂ ਇੱਦਾਂ ਕਰ ਲਾ, ਅਤੇ ਮੈਂ ਬੈਠਾ ਐਂ ਸਿਰ ਹਿਲਾਵਾਂਗਾ। ਮੈਨੂੰ ਲੋਕ ਪੁੱਛਦੇ ਨੇ, ਜਦੋਂ ਸਾਧ ਸੰਗਤ ਉਹ ਸੱਚੀ ਹਿਲਾਤਾ ਸਿਰ, ਸਿਰ ਦੇ ਉੱਤੇ ਪੀਪਾ ਸੀ ਤੇਲ ਦਾ, ਉਹ ਧਲੰਮ ਕਰਦਾ ਥੱਲੇ ਡਿੱਗਾ, ਉਹ ਡਿੱਗਾ ਤਾਂ ਸਾਰਾ ਡੋਲਤਾ। ਵਪਾਰੀ ਨੂੰ ਗੁੱਸਾ ਆਇਆ, ਉਹਨੇ ਮਾਰੀ ਗਿੱਚੀ 'ਚ ਰੱਖ ਕੇ, ਇੱਕ ਕਹਿੰਦਾ ਆਹ ਕੀ ਕੀਤਾ ਕਮਲਿਆ, ਸਾਰਾ ਤੇਲ ਰੋੜ ਕੇ ਰੱਖਤਾ। ਉਹ ਕਹਿੰਦਾ ਭਾਈਆ ਤੇਰਾ ਤਾਂ ਤੇਲ ਹੀ ਰੁੜਿਆ, ਮੇਰਾ ਤਾਂ ਸਭ ਕੁਛ ਹੀ ਰੁੜ ਗਿਆ। ਇਹ ਹੈ ਸੁਪਨਾ, ਇੱਦਾਂ ਸੋਚ ਸੋਚ ਹੈ ਨਾ ਬਈ, ਜਿੰਨੀ ਮਰਜ਼ੀ ਸੋਚ ਲਈਏ। ਅਤੇ ਸਤਿਗੁਰੂ ਕਹਿੰਦੇ ਨੇ ਇਸ ਲਈ ਸੁਪਨਾ, ਦੇਖ ਕਹਾਂ ਲੁਭਾਵ ਹੈ, ਇਹਨੂੰ ਦੇਖ ਕੇ ਕਿਉਂ ਲੁਭਾਏਮਾਨ ਹੁੰਦਾ ਹੈ। ਜੋ ਉਪਜੈ ਸੋ ਸਗਲ ਬਿਨਾਸੈ, ਰਹਿਣ ਨਾ ਕੋ ਉਪਾਵੈ। ਜੋ ਉਪਜੈ, ਜੋ ਉਪਜਿਆ ਹੋਇਆ, ਜੋ ਪੈਦਾ ਹੋਇਆ, ਸਗਲ ਬਿਨਾਸੈ, ਸਭ ਖਤਮ ਹੋ ਜਾਣਾ ਹੈ। ਪਰੋ ਆਜ ਕੈ ਕਾਲ, ਕੋਈ ਅੱਜ, ਕੋਈ ਕੱਲ, ਕੋਈ ਪਰਸੋਂ। ਰਹਿਣ ਨਾ ਕੋ ਉਪਾਵੈ, ਇਹ ਗੱਲ ਪੱਕੀ ਵੀ ਰਹਿਣਾ ਨਹੀਂ ਕਿਸੇ ਵੀ ਪੱਕਿਆਂ, ਇੱਥੇ ਡੇਰਾ ਨਹੀਂ, ਡੱਡਾ ਡੇਰਾ ਜਹਿ ਨਹੀਂ, ਜੈ ਡੇਰਾ ਤੈ ਜਾਨ। ਉਹ ਆ ਡੇਰਾ ਕੋ ਸੰਜਮੋ ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਰਾਹੀਂ ਉਹਨੂੰ ਪਛਾਣ ਵੀ ਤੇਰਾ ਡੇਰਾ ਅਸਲੀ ਹੈ ਕਿਹੜਾ। ਮੁਕਾਮ ਇਹ ਨਹੀਂ ਹੈ, ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੇ ਕੀ ਧੋਖ, ਇਹ ਹੈ, ਇਹ ਮੁਕਾਮ ਨਹੀਂ ਹੈ ਤੇਰਾ। ਜਿਹੜਾ ਮੁਕਾਮ ਹੈ ਉਹਨੂੰ ਸਮਝ। ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਬਿਧ ਆਪ ਬੰਧਾਵੈ। ਇਹ ਤਨ ਵੀ ਨਹੀਂ ਤੇਰਾ ਸੱਚਾ, ਇਹ ਵੀ ਮਿਥਿਆ ਹੈ, ਮਿਥਿਆ ਦੇਹ ਹੈ। ਸਾਚੋ ਕਰ ਮਾਨਿਓ, ਲੇਕਿਨ ਬੰਦੇ ਨੇ ਕੀ ਕਿਹਾ ਵੀ ਇਹ ਸੱਚਾ ਹੀ ਹੈ, ਇਹ ਤਾਂ ਸਦਾ ਹੀ ਰਹਿਣਾ ਹੈ। ਇਸੇ ਕਰਕੇ ਹਉ ਮੈਂ ਹੰਕਾਰ, ਮੈਂ ਹਰ ਵੇਲੇ, ਮੇਰੀ ਮੇਰੀ ਕਰਤੇ ਜਨਮ ਗਏ, ਹਰ ਵੇਲੇ ਹੀ। ਕਿਉਂਕਿ ਸੱਚਾ ਜਾਣਿਆ ਨਾ, ਜੇ ਸਮਝਦਾ ਵੀ ਇਹਨੇ ਤਾਂ ਨਾਸ ਹੋ ਜਾਣਾ ਹੈ, ਇਹਨੇ ਤਾਂ ਪਤਾ ਨਹੀਂ ਕੱਲ੍ਹ ਨੂੰ ਖਤਮ ਹੋ ਜਾਏਗਾ, ਫਿਰ ਹੰਕਾਰ ਨਹੀਂ ਹੋਣਾ ਸੀ, ਫਿਰ ਹਉਮੈ ਨਹੀਂ ਹੋਣੀ ਸੀ। ਮਹਾਰਾਜ ਕਹਿੰਦੇ ਇਹਨੂੰ ਸੱਚਾ ਕਰਕੇ ਜਾਣ ਲਿਆ, ਇਹ ਵਿਧ ਆਪ ਬੰਧਾਵ ਹੈ, ਇੱਦਾਂ ਇਹਨੇ ਆਪਣੇ ਆਪ ਨੂੰ ਬੰਨ੍ਹ ਲਿਆ, ਜੰਜਾਲ 'ਚ ਬੰਨਿਆ ਗਿਆ ਇਸ ਤਰ੍ਹਾਂ। ਇਹਨੂੰ ਸੱਚਾ ਜਾਣ ਕੇ, ਜੇ ਝੂਠਾ ਜਾਣਦਾ ਫਿਰ ਬੰਨਿਆ ਨਹੀਂ ਸੀ ਜਾਣਾ, ਫਿਰ ਸੁਤੰਤਰ ਹੋ ਕੇ ਮਹਾਰਾਜ ਬੰਦਗੀ ਕਰਨੀ ਸੀ ਵੀ ਪਤਾ ਨਹੀਂ ਕਦੋਂ ਸਾਹ ਨਿਕਲ ਜਾਣੇ ਨੇ, ਵਾਹਿਗੁਰੂ ਵਾਹਿਗੁਰੂ ਕਰ ਲਈਏ ਜਿੰਨਾ ਸਮਾਂ ਮਿਲਿਆ ਹੈ।
ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੇ। ਮਹਾਰਾਜ ਕਹਿੰਦੇ ਉਹੀ ਬੰਦਾ ਮੁਕਤ ਹੈ, ਮੁਕਤ ਹੈ। ਮਰਨੇ ਤੋਂ ਬਾਅਦ ਮੁਕਤੀ ਨਹੀਂ, ਜਿੰਦੇ ਰਿਹਾ ਹੀ ਮੁਕਤ ਹੋ ਜਾਣਾ ਹੈ। ਮੁਕਤੀ ਤੋਂ ਭਾਵ ਹੈ ਵੀ ਬੰਧਨਾਂ ਤੋਂ ਛੁੱਟ ਜਾਣਾ, ਆਸਾ ਮਨਸਾ ਮੁੱਕ ਜਾਣੀ, ਬੰਧਨ ਟੁੱਟ ਜਾਣੇ। ਕਿਉਂਕਿ ਬੰਧਨ ਤੋਂ ਛੁਡਾਉਣ ਵਾਲੇ ਮੇਰੇ ਸਤਿਗੁਰੂ ਦਾਤਾ ਜੀ ਨੇ, ਉਹਨਾਂ ਦੀ ਸ਼ਰਨ 'ਚ ਆ ਜਾਓ ਫਿਰ ਬੰਧਨ ਟੁੱਟ ਜਾਂਦੇ ਨੇ। ਬੰਧਨਾ ਹਰ ਬੰਧਨਾ, ਇੱਕ ਬੰਧਨ ਦਾ ਅਰਥ ਹੁੰਦਾ ਮੱਥਾ ਟੇਕਣਾ। ਜੇ ਉਹਨੂੰ ਮੱਥਾ ਟੇਕਦੇ ਤਾਂ ਤੁਹਾਡੇ ਬੰਧਨਾ ਬੰਧਨ ਨਹੀਂ ਹੁੰਦੇ, ਕਿਉਂਕਿ ਬੰਧਨ 'ਤੇ ਛੁਟਕਾਵੈ ਪ੍ਰਭੂ ਮਿਲਾਵੈ। ਉਹ ਸਾਨੂੰ ਸਾਰੇ ਬੰਧਨਾਂ ਤੋਂ, ਮੋਹ ਦਾ ਬੰਧਨ, ਹੰਕਾਰ ਦਾ ਬੰਧਨ, ਕਾਮ ਦਾ ਬੰਧਨ, ਸਭ ਸਪਰਸ਼ ਰੂਪ ਰਸ ਗੰਧ ਦਾ ਬੰਧਨ, ਸਾਰੇ ਬੰਧਨਾਂ ਤੋਂ ਛੁਡਾ ਕੇ ਵਾਹਿਗੁਰੂ ਨਾਲ ਭੇਦ ਕਰ ਲੈਂਦੇ ਨੇ। ਸੋ ਇਸ ਲਈ ਇਹ ਬੰਧਨ ਜੋ ਹੈ ਨਾ, ਇਹਦੇ 'ਚ ਬੰਦਾ ਬੰਨਿਆ ਹੋਇਆ ਹੈ। ਮਹਾਰਾਜ ਕਹਿੰਦੇ ਇਸ ਲਈ ਜਨ ਨਾਨਕ ਸੋ ਜਨ ਮੁਕਤ, ਉਹ ਮੁਕਤ ਹੋ ਗਿਆ। ਕੌਣ ਮੁਕਤ ਹੋ ਗਿਆ? ਰਾਮ ਭਜਨ ਚਿਤ ਲਾਵੈ, ਜਿਹਨੇ ਰਾਮ ਦੇ ਭਜਨ ਵਿੱਚ ਆਪਦੇ ਮਨ ਨੂੰ ਜੋੜ ਲਿਆ, ਉਹ ਬੰਧਨ ਮੁਕਤ ਹੋ ਗਿਆ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ, ਮਹਾਰਾਜ ਅਸੀਂ ਵੀ ਬੰਧਨਾਂ 'ਚ ਪਏ ਹੋਏ ਹਾਂ। ਬਹੁਤ ਤਰ੍ਹਾਂ ਦੇ ਬੰਧਨ ਹੈ ਸੱਚੇ ਪਾਤਸ਼ਾਹ, ਤੁਸੀਂ ਤਾਂ 6ਵੇਂ ਸਰੂਪ ਵਿੱਚ ਬੰਧਨ ਤੋੜ ਦਿੱਤੇ ਸੀ, 52 ਰਾਜੇ ਕੈਦ ਤੋਂ ਛੁਡਾਏ ਸੀਗੇ, ਪ੍ਰਤੱਖ ਬੰਧਨ ਵੀ ਤੋੜਤੇ ਗਵਾਲੀਅਰ ਦੇ ਕਿਲੇ 'ਚੋਂ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਮਹਾਰਾਜ ਛੁਡਾਏ ਸੀ ਬਾਲਾ ਰਾਓ ਅਤੇ ਰੁਸਤਮ ਰਾਓ ਨੂੰ। ਮਨਮਾੜ ਸਾਹਿਬ ਦਾ ਪਾਵਨ ਗੁਰਦੁਆਰਾ ਸਾਹਿਬ ਹੈ, ਇੱਥੇ ਹੀ ਤਾਰੇ ਸੀ ਲਿਆ ਕੇ ਮਹਾਰਾਜ ਨੇ ਪੂਨੇ ਸਤਾਰੇ ਦੀ ਜੇਲ੍ਹ 'ਚੋਂ। ਤੋ ਇਸ ਤਰ੍ਹਾਂ ਬਾਹਰੀ ਬੰਧਨ ਵੀ ਗੁਰੂ ਤੋੜਦਾ ਹੈ ਅਤੇ ਅੰਤਰੀ ਬੰਧਨ ਜਿਹੜੇ ਨੇ ਸਾਨੂੰ ਪਏ ਹੋਏ ਮਾਇਆ ਦੇ ਇਤਿਹਾਦਕ, ਇਹ ਮਹਾਰਾਜ ਛੁਡਾ ਲੈਂਦੇ ਨੇ। ਅਰਦਾਸ ਕਰੀਏ ਬਸ, ਇਹ ਭਾਵਨਾ ਦੀ ਘਾਟ ਹੈ, ਉਹ ਮਹਾਰਾਜ ਕਿਰਪਾ ਕਰਨ ਸਾਡੇ ਅੰਦਰ ਬਣ ਜਾਵੇ ਅਤੇ ਅਰਦਾਸ ਬੇਨਤੀ ਕਰੀਏ ਸਾਡੇ ਬੰਧਨ ਵੀ ਮਹਾਰਾਜ ਮੁਕਤ ਕਰਨ। ਸਾਧ ਸੰਗਤ ਜੀ, ਇਹ ਸਮੇਂ ਦੀ ਸਮਾਪਤੀ ਹੋਈ ਹੈ। ਵਿਚਾਰਾਂ ਕਰਦਿਆਂ ਤੋਂ ਤੁੱਛ ਬੁੱਧੀ ਹੋਣ ਕਰਕੇ ਬਹੁਤ ਸਾਰੀਆਂ ਭੁੱਲਾਂ ਹੋਣੀਆਂ ਸੁਭਾਵਕ ਨੇ। ਆਪ ਸੰਗਤ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ ਲੈਣ ਔਰ ਅੱਗੇ ਤੋਂ ਸੁਚੱਜੇ ਢੰਗ ਦੇ ਨਾਲ ਵਿਚਾਰ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨ ਜੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਦਿਓ ਸੱਜਣ ਅਸੀਂ ਸੜੀਆਂ, ਜੋ ਹੋਇਆ ਸਾਹਿਬ ਸੋ ਮੇਲ, ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਬਿਦ ਆਪ ਬੰਧਾਵੈ। ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।